ਸਰਕਾਰੀ ਪ੍ਰਾਇਮਰੀ ਸਕੂਲ ਜੋ ਕਿ ਗੁਹਾਵਰ ਵਿਖੇ ਸਥਿਤ ਹੈ ਅਤੇ ਇਹ ਸਕੂਲ ਵਿੱਦਿਆ ਦੇ ਖੇਤਰ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਿਹਾ ਹੈ। ਇਸ ਸਕੂਲ ਵਿੱਚ ਬੱਚਿਆਂ ਲਈ ਹਰ ਤਰ੍ਹਾਂ ਦੀ ਸੁਵਿਧਾ ਜਿਵੇਂ ਵਧੀਆ ਕਲਾਸਰੂਮਸ, ਪੜ੍ਹਿਆ ਲਿਖਿਆ ਸਟਾਫ ਆਦਿ ਉਪਲਬਧ ਹੈ। ਇਸ ਸਕੂਲ ਦੇ ਬੱਚਿਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਗਤੀਵਿਧੀਆਂ ਨਾਲ ਜੋੜਿਆ ਜਾਂਦਾ ਹੈ ਤਾਂ ਜੋ ਉਹਨਾਂ ਦਾ ਸਰਵਪੱਖੀ ਵਿਕਾਸ ਹੋ ਸਕੇ। ਇਸ ਮੌਕੇ ਸਕੂਲ ਦੇ ਸਟਾਫ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਅਸੀਂ ਖੜ੍ਹੇ ਹਾਂ ਗੁਹਾਵਰ ਦੇ ਉਸ ਸਕੂਲ ਦੇ ਵਿੱਚ ਜਿਹੜਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਹੈ, ਪਰ ਇੰਨਾ ਕੁ ਵਧੀਆ ਬਿਲਡਿੰਗ ਆਪਾਂ ਨੂੰ ਲੱਗ ਰਹੀ ਹੈ, ਆਪਾਂ ਨੂੰ ਗੇਟ ਤੋਂ ਹੀ ਐਵੀਡੈਂਟ ਹੋ ਰਿਹਾ। ਪਰ ਇਹਦੇ ਵਿੱਚ ਸੋਢੀ ਸਾਹਿਬ ਜੀ ਦਾ ਬਹੁਤ ਵੱਡਾ ਰੋਲ ਹੈਗਾ, ਜਿਹੜਾ ਇਹਨਾਂ ਨੇ 1990 ਸਾਲ ਦੇ ਵਿੱਚ ਉਸ ਸਮੇਂ ਦੇ ਵਿੱਚ ਜਦੋਂ ਕਿ ਪੈਸੇ ਦੀ ਵੈਲਿਊ ਬਹੁਤ ਜ਼ਿਆਦਾ ਸੀਗੀ, ਉਸ ਟਾਈਮ 'ਤੇ ਲੋਕਾਂ ਨੂੰ ਉਤਸ਼ਾਹਿਤ ਕਰਕੇ ਆਪਣੀ ਸੇਵਾ ਵੱਡੀ ਪਹਿਲਾਂ ਆਪਦੇ ਕੋਲੋਂ ਪਾ ਕੇ ਅਤੇ ਇਹ ਜਿਹੜਾ ਸਕੂਲ ਆ ਜਿਹੜਾ ਹੈਗਾ ਉਹਦੀ ਕੰਸਟਰਕਸ਼ਨ ਕਰਾਈ। ਸਰ, ਤੁਹਾਡਾ ਸਵਾਗਤ ਹੈ ਸਾਡੇ ਸਟੇਸ਼ਨ 'ਤੇ। ਸਾਡਾ ਪ੍ਰਾਇਮਰੀ ਸਕੂਲ ਗੁਹਾਵਰ ਆ, ਹਿੰਦੁਸਤਾਨ ਅਤੇ ਪਾਕਿਸਤਾਨ ਬਣ ਤੋਂ ਪਹਿਲੇ ਦੇ ਬਣੇ ਹੋਏ ਸੀ ਸਾਡੇ ਪਿੰਡ ਦੋ ਸਕੂਲ, ਪਹਿਲੀ ਤੋਂ ਲੈ ਕੇ ਚੌਥੀ ਤੱਕ, ਪੰਜਵੀਂ ਤੋਂ ਲੈ ਕੇ ਅੱਠਵੀਂ ਤੱਕ। ਇਸ ਸਕੂਲ ਦੀ ਬਿਲਡਿੰਗ ਜਿਹੜੀ ਸੀ ਬਹੁਤ ਨਿਕਾਰਾ ਬੈਠੀ ਸੀ, ਅਤੇ ਸਾਨੂੰ ਗੌਰਮੈਂਟ ਨੇ ਅਤੇ ਬਾਲਿਆਂ ਦੀ ਛੱਤ ਹੁੰਦੀ ਸੀ ਇੱਥੇ, ਅਤੇ ਬਾਲੇ ਸਾਰੇ ਸੇਕ ਨਹੀਂ ਖਾ ਲਏ ਸੀਗੇ, ਅਤੇ ਮੈਂ ਗੌਰਮੈਂਟ ਨੂੰ ਅਪਰੋਚ ਕੀਤੀ। ਗੌਰਮੈਂਟ ਨੇ ਸਾਨੂੰ 95,000 ਰੁਪਇਆ ਉਸ ਵੇਲੇ ਇਹਦੀ ਰਿਪੇਅਰ ਕਰਨ ਨੂੰ ਦਿੱਤਾ। ਜਦੋਂ 95,000 ਰੁਪਇਆ ਦਿੱਤਾ, ਮੈਂ ਸਾਰੇ ਪਿੰਡ ਦੇ ਲੋਕਾਂ ਨੂੰ ਇਕੱਠਾ ਕੀਤਾ। ਮੈਂ ਕਿਹਾ ਜੇ 95,000 ਆਪਾਂ ਖਰਚ ਕੇ ਇਹਦੀ ਰਿਪੇਅਰ ਕਰਾਂਗੇ, ਹੋਰ ਦੋ ਚਾਰ ਸਾਲਾਂ ਨੂੰ ਫਿਰ ਉੱਦਾਂ ਦੀ ਹਾਲਤ ਹੋਣੀ ਆ, ਅਤੇ ਆਪਾਂ ਨੂੰ ਘਾ ਕੇ ਕਿਉਂ ਲੈਣੀ ਉਹਨੇ ਸ਼ੁਰੂ ਬਣਾਈ। ਅਤੇ ਲੋਕ ਕਹਿੰਦੇ ਵੀ ਅਸੀਂ ਜੋ ਤੁਸੀਂ ਕਹੋਗੇ ਅਸੀਂ ਉੱਦਾਂ ਹੀ ਕਰਾਂਗੇ, ਜਿੱਦਾਂ ਤੁਹਾਡਾ ਮਨ ਕਰਦਾ ਤੁਸੀਂ ਉੱਦਾਂ ਕਰਨਾ। ਲੋਕਾਂ ਨੂੰ ਮੇਰੇ ਉੱਤੇ ਵਿਸ਼ਵਾਸ ਸੀ, ਮੈਂ ਸਾਰੀ ਬਿਲਡਿੰਗ ਢਾ ਕੇ ਨਵੇਂ ਸਿਰੇ ਤੋਂ ਬਣਾ ਦਿੱਤੀ। ਤਕਰੀਬਨ 6 ਮਹੀਨਿਆਂ 'ਚ ਬਿਲਡਿੰਗ ਕੰਪਲੀਟ ਕਰਕੇ ਮੈਂ ਸਾਰੀ ਬਣਾ ਦਿੱਤੀ। ਅਤੇ ਜਦੋਂ ਬਿਲਡਿੰਗ ਬਣਾਉਣ ਲੱਗੇ ਉਦੋਂ ਕਈਆਂ ਲੋਕਾਂ ਨੂੰ ਬਹੁਤ ਤਰੀਕੇ ਵੀ ਪਾਏ, ਪਰ ਮੈਂ ਪਿੱਛੇ ਨਹੀਂ ਹਟਿਆ। ਜਿੰਨਾ ਚੱਕਰ ਸਾਰੀ ਬਿਲਡਿੰਗ ਮੈਂ ਇਮਾਰਤ ਤਿਆਰ ਹੋ ਗਈ, ਤਿਆਰ ਹੋਣ ਤੋਂ ਬਾਅਦ ਰੰਗ ਕਰਕੇ ਫਿਰ ਮੈਂ ਇਸ ਬਿਲਡਿੰਗ ਵਿੱਚ ਫੰਕਸ਼ਨ ਕੀਤਾ। ਉਸ ਤੋਂ ਬਾਅਦ ਫਿਰ ਸਾਡੇ ਹਾਈ ਸਕੂਲ ਜਿਹੜਾ ਸਾਡੇ 8ਵੀਂ ਤੱਕ ਸਕੂਲ ਸੀਗਾ, ਉਹਦੀ ਬਿਲਡਿੰਗ ਜਿਹੜੀ ਆ ਮੈਂ ਫਿਰ DC ਨੂੰ, ਜਦੋਂ ADC ਨੂੰ ਸੱਦਿਆ ਇੱਥੇ, ਉਹ ਬਿਲਡਿੰਗ ਦੇਖ ਕੇ ਇੰਨੇ ਖੁਸ਼ ਹੋਏ, ਉਹ ਕਹਿੰਦੇ ਵੀ ਇਹੋ ਜਿਹਾ ਕੰਮ ਮੈਂ ਨਹੀਂ ਦੇਖਿਆ ਹੈਗਾ। ਫਿਰ ਮੈਂ ਉਹਨਾਂ ਨੂੰ ਕਿਹਾ ਵੀ ਸਾਡਾ ਇੱਕ ਹੋਰ ਸਕੂਲ ਹੈ ਜਿਹੜਾ 5ਵੀਂ ਤੋਂ ਲੈ ਕੇ 8ਵੀਂ ਤੱਕ, ਉਹਦੀ ਵੀ ਹਾਲਤ ਬਹੁਤ ਖਰਾਬ ਹੋ ਗਈ ਆ, ਉਹ ਕਹਿੰਦੇ ਮੈਨੂੰ ਜਾ ਕੇ ਦਿਖਾ ਲਓ। ਉਦੋਂ ਸ਼ਰਤ ਸਾਡੀ ਕੱਚੀ ਹੁੰਦੀ, ਮੈਂ ਉਹਨਾਂ ਦੇ ਨਾਲ ਗਿਆ। ਉਹਨਾਂ ਨੇ ਉਸੇ ਵੇਲੇ ਕਿਹਾ ਵੀ ਤੁਸੀਂ 2.5 ਲੱਖ ਦਾ ਚੈੱਕ ਮੇਰੇ ਕੋਲ ਸੋਮਵਾਰ ਆ ਕੇ ਲੈ ਲਓ, ਸ਼ਨਿਚਰ ਸ਼ੁੱਕਰਵਾਰ ਦੀ ਗੱਲ ਹੈ। ਮੈਂ ਉੱਥੇ ਗਿਆ, ਉਹਨਾਂ ਨੇ ਨਾਲੇ ਮੈਨੂੰ ਪੌਣੇ 2 ਲੱਖ ਰੁਪਈਆ ਦਿੱਤਾ। ਉਹ ਕਹਿੰਦੇ ਵੀ ਤੁਸੀਂ ਜੇ ਹੋਰ ਤੁਹਾਨੂੰ ਪੈਸੇ ਚਾਹੀਦੇ ਹੋਣਗੇ, ਹੁਣ ਮੈਂ ਹੋਰ ਵੀ ਪੈਸੇ ਦਊਂਗਾ, ਦੇਵਾਂਗੇ ਤੁਹਾਨੂੰ, ਅਤੇ ਤੁਸੀਂ ਇਹਨੂੰ ਵਧੀਆ ਤਰੀਕੇ ਦੇ ਨਾਲ ਇਹਦੀ ਰਿਪੇਅਰ ਕਰਕੇ ਇਹਨੂੰ ਬਿਲਡਿੰਗ। ਫਿਰ ਮੈਂ 4 ਪਿੰਡਾਂ ਦੇ ਲੋਕ ਇਕੱਠੇ ਕੀਤੇ, ਗੁਹਾਵਰ, ਪੱਦੀ, ਖਾਲਸਾ ਅਤੇ ਚਰਾੜੀ, ਤੱਖਰਾਂ ਦੇ। ਉਹਨਾਂ ਨਾਲ ਮੈਂ ਸਲਾਹ ਕੀਤੀ ਵੀ ਕਿਉਂ ਨਾ ਜਿੱਦਾਂ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਬਣਾਈ ਹੈ, ਕਿਉਂ ਨਾ ਇਹਨੂੰ ਵੀ ਢਾ ਕੇ ਨਵੇਂ ਸਿਰੋਂ ਬਣਾ ਦਈਏ। ਉਹ ਕਹਿੰਦੇ ਵੀ ਬਿਲਡਿੰਗ ਤੁਸੀਂ ਬਣਾਓ, ਦਾਨ ਅਸੀਂ ਦੇਵਾਂਗੇ ਤੁਹਾਨੂੰ। ਜਦੋਂ ਮੈਂ ਬਿਲਡਿੰਗ ਬਣਾਉਣ ਲੱਗ ਪਿਆ, ਸਾਰੀ ਬਿਲਡਿੰਗ ਨੂੰ ਕੰਪਲੀਟ ਕਰਨ ਲੱਗਾ, ਅਤੇ ਵਿੱਚੇ ਮੇਰੇ ਕੋਲ ਪੈਸੇ ਮਿਲ ਗਏ, ਅਤੇ ਲੇਬਰ ਨੂੰ ਤਨਖਾਹ ਦੇਣ ਨੂੰ ਪੈਸੇ ਨਹੀਂ ਸੀ, ਤਾਂ ਮੇਰੇ ਕੋਲ ਉਸ ਵੇਲੇ ਮਰੂਤੀ ਕਾਰ ਸੀ, ਮੈਂ ਆਪਣੀ ਕਾਰ ਵੇਚ ਕੇ ਇਹ ਲੇਬਰ ਨੂੰ ਪੈਸੇ ਦਿੱਤੇ। ਖੜ੍ਹੇ ਹਾਂ ਗੁਹਾਵਰ ਦੇ ਸ਼ਮਸ਼ਾਨ ਘਾਟ ਦੇ ਵਿੱਚ, ਜਿਹੜਾ ਕਿ ਸ਼ਮਸ਼ਾਨ ਘਾਟ ਨਾ ਲੱਗਦੇ ਹੋਏ ਇੱਦਾਂ ਲੱਗ ਰਿਹਾ ਵੀ ਕਿਤੇ ਕੋਈ ਬਹੁਤ ਹੀ ਵਧੀਆ ਪਲੇਸ ਹੋਵੇ ਜਿਹੜੀ ਇੱਥੋਂ ਦੀ ਹੈਗੀ ਹੈ। ਜਿੱਦਾਂ ਮੈਰਿਜ ਪੈਲਸ ਹੁੰਦੇ ਬਾਹਰੋਂ ਆਪਾਂ ਨੂੰ ਦੇਖ ਕੇ ਜਿਹੜੀ ਹੈਗੀ ਆ, ਗੇਟ ਤੋਂ ਲੁੱਕ ਜਿਹੜੀ ਹੈਗੀ ਆ, ਇੰਨੀ ਅੱਛੀ ਇਹਨਾਂ ਨੇ ਸ਼ਮਸ਼ਾਨ ਦੀ ਬਣਾਈ ਹੈ। ਔਰ ਇਹ ਸ਼ਮਸ਼ਾਨ ਦੇ ਲਈ ਬਹੁਤ ਵੱਡੇ ਜਿਹੜੇ ਹੈਗੇ ਆ ਫੰਡਸ ਜਿਹੜੇ ਹੈਗੇ ਆ,
ਮੁਹੱਈਆ ਹੋਏ ਸੀਗੇ। ਜਿੱਦਾਂ ਆਪਾਂ ਦੇਖ ਸਕਦੇ ਹਾਂ ਕਿ ਸੋਢੀ ਰਾਮ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਖਿਅਤ ਸੀਗੇ ਜਲੰਧਰ ਦੇ, ਇਹਨਾਂ ਨੇ ਸਰਕਾਰੀ ਫੰਡ 'ਚੋਂ 1 ਲੱਖ ਰੁਪਈਆ, ਫਿਰ ਸਰਪੰਚ ਅਤੇ ਗ੍ਰਾਮ ਪੰਚਾਇਤ ਦੋ ਤੋਂ 62,304, ਫਿਰ ਆਪਦੀ ਜੇਬ ਦੇ ਵਿੱਚੋਂ 50,000 ਰੁਪਈਆ ਜਿਹੜਾ ਹੈਗਾ ਇਹਨਾਂ ਨੇ ਸੇਵਾ ਦੇ ਕੇ ਫਿਰ ਲੋਕਾਂ ਨੂੰ ਉਤਸ਼ਾਹਿਤ ਕਰਕੇ ਆਪਾਂ ਦੇਖ ਸਕਦੇ ਹਾਂ ਕਿ ਬਹੁਤ ਵੱਡੀ ਜਿਹੜੀ ਹੈਗੀ ਅਮਾਊਂਟ ਇਕੱਠੀ ਕਰਕੇ ਔਰ 2001 ਤੋਂ 2005 ਸੰਨ ਦੇ ਵਿੱਚ ਆਪਾਂ ਸੋਚ ਸਕਦੇ ਹਾਂ ਉਸ ਟਾਈਮ 'ਤੇ ਪੈਸੇ ਦੀ ਕੀਮਤ ਜਿਹੜੀ ਆ ਉਦੋਂ ਵੀ ਵੱਧ ਸੀਗੀ। ਉੱਪਰ ਆਪਾਂ ਦੇਖ ਸਕਦੇ ਹਾਂ ਕਿ ਫਿਰ ਉਹਨਾਂ ਨੇ ਆਪਣੇ ਜਿਹੜੇ ਪੁਰਸ਼ੋਤਮ ਲਾਲ ਪੁੱਤਰ ਲੇਟ ਸ਼੍ਰੀਮਤੀ ਚਰਨ ਕੌਰ ਪਤਨੀ ਲੇਟ ਅਤੇ ਪ੍ਰੀਤਮ ਚੰਦ ਨੇ ਅਤੇ ਸੋਢੀ ਰਾਮ ਜੀ ਦੇ ਜਿਹੜੇ ਸਰਪੰਚ ਸੀਗੇ ਇਹਨਾਂ ਨੇ 1,01,000 ਰੁਪਈਆ ਉੱਪਰ ਵੀ ਜਿਹੜਾ ਹੈਗਾ ਪਹਿਲਾਂ ਦਿੱਤਾ ਹੈਗਾ। ਸਰ ਸਾਡੇ ਪਿੰਡ ਦੇ ਵਿੱਚ ਇਹ ਚੀਜ਼ ਬਣਾਈ ਹੈ, ਕਿੰਨੀ ਖੁਸ਼ੀ ਤੁਹਾਨੂੰ ਮਹਿਸੂਸ ਹੁੰਦੀ? ਜਦੋਂ ਕੋਈ ਵੀ ਇਨਸਾਨ ਦੀ ਮੌਤ ਹੋ ਜਾਂਦੀ ਹੈ ਜਿਸ ਵੇਲੇ ਉਹ ਸੰਸਕਾਰ ਹੁੰਦਾ ਆ, ਤਕਰੀਬਨ 20-25 ਪਿੰਡਾਂ ਤੋਂ ਲੋਕ ਆਏ ਹੁੰਦੇ ਹਨ, ਉਹ ਸਿਰਫ ਇਹੀ ਗੱਲਾਂ ਕਰਦੇ ਆ ਵੀ ਸ਼ਮਸ਼ਾਨ ਘਾਟ ਕਿੰਨਾ ਵਧੀਆ ਬਣਾਇਆ ਆ ਔਰ ਮਤਲਬ ਇੱਦਾਂ ਹੀ ਹੋਣਾ ਚਾਹੀਦਾ, ਜਿੰਨੀ ਇਹਦੀ ਸਫਾਈ ਆ ਹਰ ਚੀਜ਼, ਮਤਲਬ ਇੱਥੇ ਜਿੱਦਾਂ ਪਾਣੀ ਦੀ ਵੀ ਟੈਂਕੀ ਮੋਟਰ ਦੀ ਬੋਰ ਕਰਾ ਕੇ ਟੈਂਕੀ ਬਣਾਈ ਹੋਈ ਆ, ਹੋਰ ਵੀ ਸਾਰੀਆਂ ਸਹੂਲਤਾਂ ਇੱਥੇ ਮੌਜੂਦ ਹਨ। ਜਦੋਂ ਪਹਿਲਾਂ ਇਹ ਸ਼ਮਸ਼ਾਨ ਘਾਟ ਸਿਰਫ ਇੱਥੇ ਜ਼ਿਮੀਂਦਾਰਾਂ ਦਾ ਹੁੰਦਾ ਸੀ ਅਤੇ ਜਿਹੜੇ ਆਧਰਮੀ ਉਹਨਾਂ ਦਾ ਛੱਪੜ ਤੋਂ ਦੂਜੇ ਪਾਸੇ ਸ਼ਮਸ਼ਾਨ ਘਾਟ ਹੁੰਦਾ ਸੀ ਤਾਂ ਉਹਨੂੰ ਰਸਤਾ ਵੀ ਨਹੀਂ ਹੁੰਦਾ ਸੀ, ਇੱਕ ਬੰਨੇ ਦੇ ਉੱਤੇ ਨੰਘ ਕੇ ਜਾਂਦੇ ਹੁੰਦੇ ਸੀ। ਮੈਂ ਆਪਣੇ ਮਨ ਨਾਲ ਸੋਚਿਆ ਵੀ ਇਹਨਾਂ ਦੋਨਾਂ ਬਰਾਦਰੀਆਂ ਨੂੰ ਇਕੱਠਾ ਕਰਕੇ ਇੱਕ ਥਾਂ ਬਣਾ ਦਿੱਤਾ ਜਾਵੇ। ਮੈਂ ਜ਼ਿਮੀਂਦਾਰਾਂ ਭਾਈਚਾਰੇ ਨਾਲ ਸਲਾਹ ਕੀਤੀ, ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਜੇ ਅਗਰ ਤੁਸੀਂ ਇੱਥੇ ਦੋਨਾਂ ਬਰਾਦਰੀਆਂ ਦਾ ਇੱਕੋ ਸ਼ਮਸ਼ਾਨ ਘਾਟ ਬਣਾਉਂਦੇ ਹਾਂ। ਮੈਂ ਉਸੇ ਵੇਲੇ ਸਟੈਪ ਲੈਂਦੇ ਹੋਏ ਲੈ ਕੇ ਮਤਲਬ ਇਸ ਸ਼ਮਸ਼ਾਨ ਘਾਟ ਨੂੰ ਮਤਲਬ ਤਕਰੀਬਨ 5 ਫੁੱਟ ਭਰਤੀ ਪਾ ਕੇ ਔਰ ਤਕਰੀਬਨ 6 ਮਹੀਨਿਆਂ ਵਿੱਚ ਕੰਪਲੀਟ ਕਰਕੇ ਲੋਕਾਂ ਦੇ ਹਵਾਲੇ ਕਰ ਦਿੱਤਾ ਅਤੇ ਇਹਦੇ ਨਾਲ ਦੇਖ ਕੇ ਫਿਰ ਬਹੁਤ ਹੀ ਪਿੰਡਾਂ ਨੇ ਹੋ ਸਕਦਾ ਸਾਡੇ ਨਾਲ ਵੀ ਵਧੀਆ ਬਣਾਈਆਂ ਹੋਣ। ਸਰ ਜਦੋਂ ਜਿਸ ਤਰੀਕੇ ਨਾਲ ਦੇਖ ਕੇ ਸਕੂਲ ਦੀ ਆਪਾਂ ਦੇਖ ਸਕਦੇ ਹਾਂ ਕਿ ਪਲੱਸ ਜਿਹੜਾ ਹੈਗਾ ਪਲੱਸ 1 ਪਲੱਸ 2 ਤੱਕ ਹੋ ਗਿਆ, ਬੱਚਿਆਂ ਨੂੰ ਬੜੇ ਦੂਰ ਜਾਣਾ ਪੈਂਦਾ ਸੀਗਾ, ਕੀ ਤੁਹਾਡੇ ਮਾਇੰਡ 'ਚ ਆਇਆ ਜਦੋਂ ਤੁਸੀਂ ਆਪਣੀ ਟਿਲੋਰ ਸੀਗੀ ਕਿ ਅਸੀਂ ਉਹਨੂੰ ਇੱਕ ਨਵਾਂ ਰੂਪ ਦੇਈਏ? ਜਿਸ ਵੇਲੇ 8ਵੀਂ ਤੱਕ ਸੀਗਾ ਅਤੇ ਉਸ ਵੇਲੇ ਦਰਬਾਰਾ ਸਿੰਘ ਦੀ ਬਜਾਤ ਆਈ ਅਤੇ ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਵੀ ਜਿਹੜਾ ਸਾਡੇ ਆਲੇ ਦੁਆਲੇ 4-5 ਪਿੰਡਾਂ ਦੇ ਬੱਚੇ ਪੜ੍ਹਦੇ ਆ ਅਤੇ ਇਹ ਸਾਡੇ ਬੱਚਿਆਂ ਨੂੰ ਦੂਰ ਜਾਣਾ ਪੈਂਦਾ ਆ ਅਤੇ ਜੇ ਅਗਰ 10ਵੀਂ ਤੱਕ ਇਹ ਸਕੂਲ ਹੋ ਜਾਵੇ ਸਾਡੀਆਂ ਜਿਹੜੀਆਂ ਲੜਕੀਆਂ ਖਾਸ ਕਰਕੇ, ਇੱਕ ਤਾਂ ਉਹਨਾਂ ਨੂੰ ਪੜ੍ਹਾਈ ਇੱਥੇ ਫਰੀ ਹੋ ਜਾਏਗੀ, ਦੂਜਾ ਜਦੋਂ ਵਿਆਹ ਸ਼ਾਦੀਆਂ ਦੇ ਵਿੱਚ ਉਹਨਾਂ ਦੇ ਚੰਗੇ ਘਰਾਂ ਦੇ ਵਿੱਚ ਰਿਸ਼ਤੇ ਹੋ ਜਾਣਗੇ ਅਤੇ ਉਹਨਾਂ ਨੇ ਮੇਰੀ ਗੱਲ ਮੰਨਦੇ ਹੋਏ ਇਹਨਾਂ ਨੂੰ 8ਵੀਂ ਤੋਂ 10ਵੀਂ ਤੱਕ ਕਰ ਦਿੱਤਾ। ਫਿਰ ਅਸੀਂ 10ਵੀਂ ਤੋਂ 12ਵੀਂ ਤੱਕ ਸਰ ਅਮਰਜੀਤ ਸਿੰਘ ਨੇ ਕੋਲ ਕਰਵਾਇਆ ਅਤੇ ਫਿਰ ਇਹ ਸਾਰੀ ਜਿਹੜੀ ਬਿਲਡਿੰਗ ਆ, ਪਹਿਲਾਂ ਇਹ ਹਿੰਦੁਸਤਾਨ ਜਦੋਂ ਪਾਕਿਸਤਾਨ ਇਕੱਠਾ ਸੀ ਉਸ ਵੇਲੇ ਸਾਡੇ ਪਿੰਡ 2 ਬਿਲਡਿੰਗਾਂ ਸੀਗੀਆਂ, ਇੱਕ 1ਵੀਂ ਤੋਂ ਲੈ ਕੇ 4ਵੀਂ ਤੱਕ, ਇੱਕ 5ਵੀਂ ਤੋਂ ਲੈ ਕੇ 8ਵੀਂ ਤੱਕ। ਇਹ ਦੋਨਾਂ ਬਿਲਡਿੰਗਾਂ ਦੀ ਜਿਹੜੀ ਇਮਾਰਤਾਂ ਸੀ ਬਹੁਤ ਹੀ ਇਹਨਾਂ ਦੀ ਖਸਤਾ ਹਾਲਤ ਹੋ ਚੁੱਕੀ ਸੀ ਅਤੇ ਇਹਨੂੰ ਅਸੀਂ ਰਿਪੇਅਰ ਕਰਨ ਲਈ ਸਰਕਾਰ ਦੇ ਕੋਲ ਅਪਰੋਚ ਕੀਤੀ ਤਾਂ ਉਹਨਾਂ ਨੇ ਸਾਨੂੰ 2.5 ਲੱਖ ਰੁਪਈਆ ਸਾਨੂੰ ਗ੍ਰਾਂਟ ਦਿੱਤੀ। ਮੈਂ ਫਿਰ ਸਾਰੇ ਪਿੰਡਾਂ ਦੇ ਲੋਕਾਂ ਨੂੰ ਇਕੱਠਾ ਕਰਕੇ ਇੱਥੇ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਸਲਾਹ ਦਿੱਤੀ ਵੀ ਜਿਸ ਤਰ੍ਹਾਂ ਪਿੰਡ ਦਾ ਪ੍ਰਾਇਮਰੀ ਸਕੂਲ ਆਪਾਂ ਰਿਪੇਅਰ ਕਰਨ ਨੂੰ ਜਿੱਦਾਂ ਗ੍ਰਾਂਟ ਆਈ ਸੀ ਅਤੇ ਉਹਨੂੰ ਆਪਾਂ ਰਿਪੇਅਰ ਦੀ ਬਜਾਏ ਸਾਰੀ ਬਿਲਡਿੰਗ ਢਾ ਕੇ ਨਵੇਂ ਸਿਰੇ ਬਣਾਇਆ ਅਤੇ ਸਾਰੇ ਲੋਕਾਂ ਨੇ ਇਹੀ ਕਿਹਾ ਵੀ ਅਗਰ ਤੁਸੀਂ ਉੱਦਾਂ ਬਣਾਉਣੀ ਚਾਹੁੰਦੇ ਹਾਂ ਅਤੇ ਢਾ ਕੇ ਜੇ ਤੁਸੀਂ ਬਣਾਉਣੀ ਚਾਹੁੰਦੇ ਹਾਂ ਤਾਂ ਅਸੀਂ ਤੁਹਾਡਾ ਸਹਿਯੋਗ ਦੇਵਾਂਗੇ। ਫਿਰ ਸਾਨੂੰ ਦਾਨੀ ਸੱਜਣਾ ਨੇ NRI ਨੇ ਅਤੇ ਸਾਰੇ ਆਲੇ ਦੁਆਲੇ ਪਿੰਡਾਂ ਦੇ ਲੋਕਾਂ ਨੇ ਮਤਲਬ ਬਹੁਤ ਖੁਸ਼ ਹੋ ਕੇ ਦਾਨ ਦਿੱਤਾ ਅਤੇ ਅਸੀਂ ਬੜੇ ਸਹੀ ਤਰੀਕੇ ਦੇ ਨਾਲ ਬਿਲਡਿੰਗ ਨੂੰ ਬਣਾ ਕੇ ਔਰ ਇਹਨਾਂ ਬੱਚਿਆਂ ਦੀ ਸਪੋਰਟ ਕੀਤੀ ਅਤੇ ਅੱਜ ਇਸ ਸਕੂਲ ਦੇ ਵਿੱਚ ਮਤਲਬ ਚੰਗੇ ਤਰੀਕੇ ਦੇ ਨਾਲ ਜੋ ਪੜ੍ਹਾਈ ਹੋ ਰਹੀ ਆ ਔਰ ਮੈਂ ਆਸ ਕਰਦਾ ਹਾਂ ਕਿ ਇੱਥੇ ਚੰਗੇ ਰਿਜ਼ਲਟ ਆਉਣ। ਆਪਣੇ ਦੇ ਰਹੇ ਹੋ ਕੀ ਕਹਿਣਾ ਚਾਹੋਗੇ ਕਿ ਸਰਕਾਰੀ ਸਕੂਲ ਹੈ ਉਸ ਦੇ ਬਾਵਜੂਦ ਵੀ ਜਿਹੜੀਆਂ ਫੈਸਿਲਿਟੀਜ਼ ਹੈਗੀਆਂ ਬਹੁਤ ਵਧੀਆ ਬੱਚਿਆਂ ਨੂੰ ਮਿਲ ਰਹੀਆਂ ਨੇ, ਸੇਵਾ ਜਿਹੜੀ ਹੈਗੀ ਹੋ ਰਹੀ ਹੈਗੀ ਆ ਔਰ ਬੱਚਿਆਂ ਦੀ ਡਿਵੈਲਪਮੈਂਟ ਦਾ ਧਿਆਨ ਰੱਖ ਕੇ ਹਰ ਚੀਜ਼ ਜਿਹੜੀ ਇੱਥੇ ਵਧੀਆ ਹੁੰਦੀ ਹੈ, ਕੀ ਕਹਿਣਾ ਚਾਹੋਗੇ? ਇਸ ਮਾਮਲੇ ਸੰਬੰਧ ਵਿੱਚ ਪਹਿਲਾਂ ਸਭ ਤੋਂ ਮੈਂ ਇਹ ਕਹਿਣਾ ਚਾਹੁੰਦਾ ਵੀ ਪਿੰਡ ਵਾਸੀਆਂ ਨੇ ਖਾਸ ਕਰਕੇ ਅਸੀਂ ਸੋਢੀ ਰਾਮ ਜੀ ਹੋਣੀ ਜਿਹੜਾ ਸਕੂਲ ਦੀ ਇਮਾਰਤ ਇੰਨੀ ਵਧੀਆ ਬਣਾਈ ਹੈ ਔਰ ਬਹੁਤ ਹੀ ਵਧੀਆ ਇਮਾਰਤ ਹੈ ਔਰ ਇਹਨਾਂ ਦੇ ਦਰਵਾਜ਼ੇ ਦੇਖ ਕੇ ਖਿੜਕੀਆਂ ਦੇਖ ਕੇ ਬਹੁਤ ਸੋਲਿਡ ਇਹਨਾਂ ਨੇ ਬਣਾਇਆ ਔਰ ਜਿਸ ਤਰ੍ਹਾਂ ਮੈਂ 2015 ਇੱਥੇ ਜੁਆਇਨ ਕੀਤਾ ਸੀਗਾ ਔਰ ਮੈਨੂੰ ਆ ਕੇ ਪਤਾ ਲੱਗਾ ਵੀ ਜਿਹੜੀ ਇਹਨਾਂ ਦੇ ਘਰ ਕਮਰਾਂ ਵਾਲੀ ਸਾਰੀ ਬਿਲਡਿੰਗ ਇਹ ਤਿਆਰ ਹੋਈ ਹੈ ਔਰ ਬਿਲਡਿੰਗ ਬਹੁਤ ਸ਼ਾਨਦਾਰ ਹੋਈ ਹੈ ਔਰ ਵਧੀਆ ਬਿਲਡਿੰਗ ਬਣੀ ਹੋਈ, ਕਮਰੇ ਕਾਫੀ ਖੁੱਲ੍ਹੇ ਹਨ, ਆਮ ਸਕੂਲਾਂ ਵਿੱਚ ਇੰਨੇ ਖੁੱਲ੍ਹੇ ਕਮਰੇ ਨਹੀਂ ਮਿਲਦੇ।
ਇਹ ਪਿੰਡ ਵਾਸੀਆਂ ਦਾ ਜਾਂ ਕਹ ਲਓ ਇਹਨਾਂ ਦਾ ਆਪਣਾ ਮੋਹਰੇ ਹੋ ਕੇ ਇਹਨਾਂ ਦਾ ਕੰਮ ਕਰਨ ਦਾ ਸਾਰਾ ਜਿਹੜਾ ਆ ਉਪਰਾਲਾ ਸੀ ਔਰ ਇਹਨਾਂ ਨੇ ਬਿਲਡਿੰਗ ਬਣਾਈ ਹੈ ਔਰ ਜੇ ਆਪਾਂ ਸਰਕਾਰ ਦਾ ਪੱਖ ਦੇਖੀਏ ਸਰਕਾਰ ਵੱਲੋਂ ਵੀ ਵਿੱਦਿਆ ਦੇ ਖੇਤਰ ਵਿੱਚ ਕਾਫੀ ਜ਼ਿਆਦਾ ਸਹੂਲਤਾਂ ਦਿੱਤੀਆਂ ਜਾ ਰਹੀਆਂ ਕਿਉਂਕਿ ਜਿਹੜੀ ਆ ਵਿਦਿਆਰਥੀਆਂ ਵਾਸਤੇ ਮਿਡ ਡੇ ਮੀਲ ਸਕੀਮ ਹੋ ਗਈ ਮੁਫਤ ਕਿਤਾਬਾਂ ਹੋ ਗਈਆਂ ਇਸ ਤਰ੍ਹਾਂ ਜਿਹੜੀ ਆ ਵਜ਼ੀਫਾ ਹੋ ਗਿਆ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਡਿਗਣੀਆਂ ਤਾਂ ਕਾਫੀ ਫੈਸਿਲਿਟੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵਿਦਿਆਰਥੀਆਂ ਨੂੰ ਔਰ ਜਿਹਦੇ ਸਦਕਾ ਜਿਹੜੇ ਆ ਸਾਡੇ ਕਾਫੀ ਵਿਦਿਆਰਥੀ ਜਿਹੜੇ ਆ ਦਾਖਲਾ ਵਧਿਆ ਵੀ ਆ ਔਰ ਵਿਦਿਆਰਥੀਆਂ ਨੇ ਉਹਦੇ ਵਿੱਚ ਕਾਫੀ ਜ਼ਿਆਦਾ ਮੱਲਾਂ ਵੀ ਮਾਰੀਆਂ ਹਨ ਸਾਡੇ 80% ਵਾਲੇ ਬੱਚਿਆਂ ਦੀ ਗਿਣਤੀ ਵਧੀ ਆ 80% ਤੋਂ ਉੱਪਰ ਜਿਹੜੇ ਨੰਬਰ ਹੈ ਉਹਨਾਂ ਦੀ ਗਿਣਤੀ ਵਧੀ ਹੈ ਪਰ ਇਸ ਵੇਲੇ ਜਿਹੜੀ ਇਸ ਬਿਲਡਿੰਗ ਨੂੰ ਜਿਹੜੀ ਆ ਬਹੁਤ ਇੱਕ ਸਾਡੀ ਜਿਹੜੀ ਮੁੱਖ ਸਮੱਸਿਆ ਆ ਰਿਪੇਅਰ ਦੀ ਲੋੜ ਆ ਕਾਫੀ ਜ਼ਿਆਦਾ ਰਿਪੇਅਰ ਦੀ ਲੋੜ ਹੈ ਔਰ ਜ਼ਿਆਦਾ ਗ੍ਰਾਂਟ ਦੀ ਲੋੜ ਹੈ ਜ਼ਿਆਦਾ ਪੈਸਿਆਂ ਦੀ ਲੋੜ ਹੈ ਇਸ ਕਰਕੇ ਜਿਹੜੀ ਆ ਮੈਂ ਇਹਨਾਂ ਨੂੰ ਸ਼੍ਰੀ ਸੋਢੀ ਰਾਮ ਜੀ ਉਹਨਾਂ ਨੂੰ ਜਿਹੜਾ ਨਿੱਜੀ ਤੌਰ 'ਤੇ ਵੀ ਜਾ ਕੇ ਇਹਨਾਂ ਨਾਲ ਸੰਪਰਕ ਕੀਤਾ ਹੈ ਔਰ ਇਹਨਾਂ ਨੂੰ ਬੇਨਤੀ ਕੀਤੀ ਹੈ ਔਰ ਜਿਹੜੀ ਆ ਸਟਾਫ ਮੈਂਬਰ ਨਾਲ ਵੀ ਜਾ ਕੇ ਬੇਨਤੀ ਕੀਤੀ ਹੈ ਵੀ ਜਿਹੜੀ ਦੇਖੋ ਇੰਨੀ ਵਧੀਆ ਬਿਲਡਿੰਗ ਬਣੀ ਹੋਈ ਤੁਹਾਡੇ ਕਾਰਕੁਨਾਂ ਦੇ ਨਾਲ ਵੀ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਪਰ ਇਹ ਸੰਭਾਲ ਦੀ ਲੋੜ ਹੈ ਔਰ ਇਹਨਾਂ ਨੇ ਸਾਨੂੰ ਕਾਫੀ ਆਸ਼ਵਾਸਨ ਦਵਾਇਆ ਇਸ ਮਾਮਲੇ ਦੇ ਵਿੱਚ ਜਿਹੜੀ ਵੀ ਇਸ ਬਿਲਡਿੰਗ ਦੀ ਜਿਹੜੀ ਅਸੀਂ ਜਿਹੜੀ ਆ ਜ਼ਰੂਰ ਦੇਖ ਰੇਖ ਕਰਾਂਗੇ ਰਿਪੇਅਰ ਕਰਵਾਵਾਂਗੇ ਇਹਨੂੰ ਜਿਹੜਾ ਵਾਈਟ ਵਾਸ਼ਿੰਗ ਵਗੈਰਾ ਜਿਹੜਾ ਸਫੈਦੀ ਵਗੈਰਾ ਰੰਗ ਰੂਗ ਨੂੰ ਕਰਵਾ ਕੇ ਇਹਨੂੰ ਵਧੀਆ ਬਣਾਵਾਂਗੇ ਇਸ ਲਈ ਮੈਂ ਪਹਿਲਾਂ ਤਾਂ ਸਭ ਤੋਂ ਇਹਨਾਂ ਦਾ ਬਹੁਤ ਜ਼ਿਆਦਾ ਧੰਨਵਾਦੀ ਜਿਹਨਾਂ ਨੇ ਇੰਨਾ ਸਾਨੂੰ ਜਿਹੜਾ ਆ ਹੌਸਲਾ ਦਿੱਤਾ ਔਰ ਜੇਕਰ ਸਾਨੂੰ ਜਿਹੜਾ ਪਿੰਡ ਵਾਸੀ ਵੱਲੋਂ ਜਾਂ ਇਹਨਾਂ ਵੱਲੋਂ ਇੰਨਾ ਜਿਹੜਾ ਯੋਗਦਾਨ ਮਿਲ ਰਿਹਾ ਆ ਇੰਨਾ ਜ਼ਿਆਦਾ ਇਹਨਾਂ ਵੱਲੋਂ ਹੌਸਲਾ ਦਿੱਤਾ ਜਾ ਰਿਹਾ ਤਾਂ ਅਸੀਂ ਕਿਉਂ ਪਿੱਛੇ ਰਵਾਂਗੇ ਇਸ ਕਰਕੇ ਮੈਂ ਅਤੇ ਮੇਰਾ ਸਮੂਹ ਸਟਾਫ ਜਿਹੜਾ ਆ ਵਿਦਿਆਰਥੀਆਂ ਨੂੰ ਦਿਨ ਰਾਤ ਜਿਹੜਾ ਆ ਓਵਰ ਟਾਈਮ ਲਗਾ ਕੇ ਉਹਨਾਂ ਦਾ ਵਾਧੂ ਸਮਾਂ ਲਗਾ ਕੇ ਜਿਹੜਾ ਲਗਾ ਕੇ ਉਹਨਾਂ ਨੂੰ ਕਾਫੀ ਮਿਹਨਤ ਕਰਵਾ ਰਹੇ ਹਾਂ ਔਰ ਜਿਹੜੀ ਆ ਤਾਂ ਕਿ ਇਹ ਸਕੂਲ ਹੋਰ ਜਿਹੜੀਆਂ ਉੱਪਰ ਜਿਹੜੀਆਂ ਮੰਜ਼ਿਲਾਂ 'ਤੇ ਜਾਵੇ ਔਰ ਜਿਹੜੇ ਵਿਦਿਆਰਥੀ ਜਿਹੜੇ ਆ ਵਧੀਆ ਸਿੱਖਿਆ ਪ੍ਰਾਪਤ ਕਰਕੇ ਵਧੀਆ ਖੇਤਰ ਵਿੱਚ ਜਾਣ ਇਹ ਜਿਹੜੀ ਆ ਇਸ ਕਰਕੇ ਜਿਹੜੀ ਅਸੀਂ ਇਹ ਮਤਲਬ ਜਿਹੜਾ ਇਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਜਿਹੜਾ ਸਾਡੇ ਸਕੂਲ ਵੱਲ ਜਿਹੜਾ ਆ ਕੇ ਕਾਫੀ ਜ਼ਿਆਦਾ ਉਪਰਾਲੇ ਕੀਤੇ ਹਨ ਕਾਫੀ ਜ਼ਿਆਦਾ ਦੇਖ ਰੇਖ ਕੀਤੀ ਹੈ ਔਰ ਇਹਦੇ ਸੰਬੰਧ ਦੇ ਵਿੱਚ ਜਿਹੜਾ ਆ ਇਸ ਕਰਕੇ ਜਿਹੜੀ ਜ਼ਰੂਰੀ ਜਿਹੜੀ ਆ ਸਾਡੀ ਗੱਲ ਇੱਕ ਇਹ ਆ ਵੀ ਜਿਹੜੇ ਆ ਜਿਸ ਤਰ੍ਹਾਂ ਖੇਡਾਂ ਦੇ ਖੇਤਰ ਵਿੱਚ ਵੀ ਸਾਡੇ ਇੱਕ ਪਿੱਛੇ ਲੜਕੀ ਜਿਹੜੀ ਆ ਜਿਸ ਤਰ੍ਹਾਂ ਉਹ ਨੈਸ਼ਨਲ ਖੇਡ ਕੇ ਆਈ ਆ ਹੈਂਡਬਾਲ ਦੇ ਵਿੱਚ ਇਹਨਾਂ ਨੇ ਸਾਡੇ ਇੱਥੇ ਇਹਨਾਂ ਨੂੰ ਅਸੀਂ ਬੁਲਾਇਆ ਸੀਗਾ ਸਰ ਸੋਢੀ ਰਾਮ ਜੀ ਉਹਨਾਂ ਨੂੰ ਔਰ ਇਹਨਾਂ ਨੇ ਸਾਡੇ ਸਾਹਮਣੇ ਹੀ ਇੰਨੀ ਇਹਨਾਂ ਦੀ ਜਿਹੜੀ ਆ ਮਤਲਬ ਇਹਨਾਂ ਦਾ ਜਿਹੜਾ ਕਹਿ ਲਓ ਹੌਸਲਾ ਇੰਨਾ ਉਤਸ਼ਾਹ ਆ ਵੀ ਇਹਨਾਂ ਨੇ 12,000 ਰੁਪਏ ਉਸ ਲੜਕੀ ਨੂੰ ਜਿਹੜਾ ਸਾਡੇ ਪ੍ਰੋਗਰਾਮ ਦੇ ਵਿੱਚ ਮੋਰਨਿੰਗ ਸੈਸ਼ਨ ਦੇ ਵਿੱਚ ਉਸ ਲੜਕੀ ਨੂੰ ਜਿਹੜਾ ਆਪਣੇ ਵੱਲੋਂ ਜਿਹੜਾ ਆ ਹੌਸਲਾ ਅਫਜਾਈ ਲਈ ਦਿੱਤਾ ਇਸ ਕਰਕੇ ਅਸੀਂ ਜਿਹੜਾ ਆ ਸਾਨੂੰ ਇੰਨਾ ਯੋਗਦਾਨ ਮਿਲ ਰਿਹਾ ਵੱਖ ਵੱਖ ਖੇਤਰਾਂ ਵਿੱਚ ਇੰਨਾ ਜ਼ਿਆਦਾ ਯੋਗਦਾਨ ਅਸੀਂ ਕਿਉਂ ਪਿੱਛੇ ਰਵਾਂਗੇ ਅਸੀਂ ਕਿਉਂ ਜਿਹੜਾ ਆ ਮਤਲਬ ਦੇਖੀ ਕਰਾਂਗੇ ਇਸ ਕਰਕੇ ਜਿਹੜੀ ਆ ਕੁਝ ਸਹੂਲਤਾਂ ਦੀ ਘਾਟ ਹੈ ਕਿਉਂਕਿ ਜਿਹੜੇ ਉਸਦੇ ਪੈਸੇ ਦੀ ਜ਼ਿਆਦਾ ਜ਼ਰੂਰਤ ਆ ਸਕੂਲ ਨੂੰ ਇੰਨੇ ਫੰਡਸ ਨਹੀਂ ਹਨ ਔਰ ਜਿਹੜੇ ਆ ਜਿਸ ਤਰ੍ਹਾਂ ਵਾਸ਼ਰੂਮ ਵਗੈਰਾ ਹੋ ਗਏ ਲੜਕੀਆਂ ਦੇ ਖਾਸ ਕਰਕੇ ਸਾਡੀ ਉਹ ਮੇਨ ਪ੍ਰੋਬਲਮ ਆ ਬਣੇ ਹੋਏ ਹਨ ਪਰ ਉਹਨਾਂ ਦੀ ਜਿਹੜੀ ਆ ਜ਼ਿਆਦਾ ਪੱਧਰ 'ਤੇ ਜਿਹੜੀ ਦੇਖ ਰੇਖ ਦੀ ਲੋੜ ਆ ਮਾਡਰਨ ਮਾਡਰਨਾਈਜ਼ ਉਹਨਾਂ ਦਾ ਕਰਨ ਦੀ ਲੋੜ ਹੈ ਇਸ ਕਰਕੇ ਜਿਹੜੀ ਆ ਇਸ ਬਿਲਡਿੰਗ ਦੀ ਜਿਹੜੀ ਆ ਰਿਪੇਅਰ ਦਾ ਤਾਂ ਇਹਨਾਂ ਨੇ ਜ਼ਰੂਰ ਜਿਹੜਾ ਆ ਸਾਨੂੰ ਆਸ਼ਵਾਸਨ ਦਵਾਇਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਥੋੜ੍ਹੇ ਦਿਨਾਂ ਦੇ ਵਿੱਚ ਹੀ ਕਿਉਂਕਿ ਜਿਹੜੀ ਆ ਜਿਸ ਵੇਲੇ ਅਸੀਂ ਜਿਹੜਾ ਇੱਥੇ ਗਣਤੰਤਰ ਦਿਵਸ ਮਨਾਇਆ ਸੀ ਇਹਨਾਂ ਨੂੰ ਅਸੀਂ ਮੁੱਖ ਮਹਿਮਾਨ ਦੇ ਤੌਰ 'ਤੇ ਬੁਲਾਇਆ ਸੀ ਸਾਡੇ ਮੁੱਖ ਮਹਿਮਾਨ ਹੀ ਆ ਔਰ ਸਾਡੇ ਜਿਹੜੇ ਆ ਇਹ ਇਹਨਾਂ ਨੂੰ ਅਸੀਂ ਹੁਣ ਵੀ ਬੁਲਾਉਂਦੇ ਰਹਿੰਦੇ ਹਾਂ ਹੁਣ ਵੀ ਅਸੀਂ ਜਾਣਾ ਸੀ ਅਤੇ ਇਹਨਾਂ ਨੂੰ ਅਸੀਂ ਬੇਨਤੀ ਕਰਨੀ ਸੀ ਵੀ ਸਾਡਾ ਕੰਮ ਸ਼ੁਰੂ ਕਰਵਾ ਦਿਓ ਤਾਂ ਕਿ ਜਿਹੜੀ ਆਉਣ ਵਾਲਾ ਸੈਸ਼ਨ ਜਿਹੜਾ ਆ ਉਹ ਹੋਰ ਵਧੀਆ ਬਣ ਜਾਵੇ ਬੱਚੇ ਹੋਰ ਜ਼ਿਆਦਾ ਇੱਥੇ ਗਿਣਤੀ ਵਿੱਚ ਵਾਧਾ ਹੋਵੇ ਔਰ ਰਿਜ਼ਲਟ ਮੈਂ ਰਿਜ਼ਲਟ ਦੇ ਮਾਮਲੇ ਵਿੱਚ ਮੈਂ ਜ਼ਰੂਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਵੀ ਸਾਡਾ ਰਿਜ਼ਲਟ 100% ਆਵੇਗਾ ਔਰ ਜਿਹੜੀ ਸਾਡਾ ਰਿਜ਼ਲਟ 7% ਜੋ ਸਾਡੇ ਡਿਪਾਰਟਮੈਂਟ ਨੇ ਸ਼ੁਰੂ ਕੀਤੀ ਹੋਈ ਆ ਅਸੀਂ ਸਿੱਖਿਆ ਸਕੱਤਰ ਜੀ ਦਾ ਰਹਿਨਮਾਈ ਹੇਠ ਸਾਡੇ ਮੁੱਖ ਜ਼ਿਲ੍ਹਾ ਸਿੱਖਿਆ ਅਫਸਰ ਜੀ ਸ਼੍ਰੀ ਹਰਿੰਦਰਪਾਲ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਅਸੀਂ ਲਗਾਤਾਰ ਮਿਹਨਤ ਕਰਵਾ ਰਹੇ ਹਾਂ ਸ਼ਾਮ ਨੂੰ ਕਲਾਸਾਂ ਲੱਗਦੀਆਂ ਹਨ ਇੱਥੇ ਮੈਂ ਇੱਕ ਗੱਲ ਦਾ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਕਿ ਸਾਡੇ ਇਸ ਸਕੂਲ ਦੇ ਵਿੱਚ ਜਿਹੜੇ ਰਹਿ ਚੁੱਕੇ ਲਖਮੀਦਾਸ ਜੀ SS ਮਾਸਟਰ ਸੀ ਇੱਥੋਂ ਪ੍ਰਮੋਟ ਹੋ ਕੇ ਉਹ ਜਿਹੜੀ ਆ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੜਾ ਪਿੰਡ ਵਿਖੇ ਗਏ ਹਨ ਇੰਗਲਿਸ਼ ਦੇ ਲੈਕਚਰ ਬਣ ਕੇ ਕਿਉਂਕਿ ਸਾਡੇ ਪੋਸਟਾਂ ਦੀ ਬਹੁਤ ਪ੍ਰੋਬਲਮ ਆ 4 ਪੋਸਟਾਂ ਲੈਕਚਰ ਦੀਆਂ ਖਾਲੀ ਆ ਇਹ ਸਾਡੀ ਬਹੁਤ ਵੱਡੀ ਸਮੱਸਿਆ ਹੈ ਔਰ ਜਿਹੜੀ ਆ ਉਹ ਇਸ ਪਿੰਡ ਦੇ ਹੋਣ ਕਰਕੇ ਔਰ ਜਿਹੜੇ ਮੇਰੇ ਉਹਨਾਂ ਨਾਲ ਬਹੁਤ ਸੰਬੰਧ ਨਿੱਜੀ ਸੰਬੰਧ ਹੋਣ ਕਰਕੇ ਔਰ ਜਿਹੜੇ ਆ ਸ੍ਰੀ ਸੋਢੀ ਰਾਮ ਜੀ ਉਹਨਾਂ ਦੇ ਬਹੁਤ ਨਿੱਜੀ ਸੰਬੰਧ ਹੋਣ ਕਰਕੇ ਔਰ ਜਿਹੜੇ ਉਹ ਦੇਖੋ ਉੱਥੇ ਪੜ੍ਹਾ ਕੇ ਸ਼ਾਮ ਨੂੰ ਵਿਦਿਆਰਥੀਆਂ ਦਾ ਇੱਥੇ 11ਵੀਂ 12ਵੀਂ ਦਾ ਜਿਹੜਾ ਆ 12ਵੀਂ ਦਾ ਜਿਹੜਾ ਓਵਰ ਟਾਈਮ ਲਗਾਉਣ ਆਉਂਦੇ ਆ ਔਰ ਪਿਛਲੇ ਸਾਲ ਵੀ ਉਹਨਾਂ ਨੇ ਲਗਾਇਆ ਔਰ ਸਾਡਾ ਜਿਹੜਾ 100% ਨਤੀਜਾ ਜਿਹੜਾ ਆ ਜਿਹੜਾ 12ਵੀਂ ਦਾ ਇਸ ਵਾਰ ਵੀ ਉਹ ਆ ਰਹੇ ਆ ਕੱਲ੍ਹ ਨੂੰ ਵੀ ਉਹਨਾਂ ਨੇ ਲਗਾਉਣਾ 10 ਵਜੇ ਦਾ ਬੱਚਿਆਂ ਨੂੰ ਟਾਈਮ ਦਿੱਤਾ ਆ ਦੇਖੋ ਉਹ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਉਹਨਾਂ ਦਾ ਵੀ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਵੀ ਸਾਡੇ ਕੋਲ ਲੈਕਚਰਾਰ ਨਾ ਹੋਣ ਦੇ ਬਾਵਜੂਦ ਵੀ ਅਸੀਂ ਜਿਹੜਾ ਫਿਰ ਵੀ ਇੰਨਾ ਜਿਹੜਾ ਆ ਆਪਣਾ ਰਿਜ਼ਲਟ ਦਿਖਾਇਆ ਹੈ ਬਾਕੀ ਸਰਕਾਰ ਤੋਂ ਅਸੀਂ ਉਮੀਦ ਕਰਦੇ ਵੀ ਆਉਣ ਵਾਲੇ ਸਮੇਂ ਸਾਡੀ ਪੋਸਟਾਂ ਜ਼ਰੂਰ ਭਰੀਆਂ ਜਾਣ ਦਰਜਾ 4 ਦੀ ਔਰ ਜਿਹੜੀ ਪੋਸਟਾਂ ਸਾਡੀ ਬਹੁਤ
ਇਹਦੀ ਦੇਖ ਰੇਖ ਲਈ ਵੀ ਸਾਨੂੰ ਜ਼ਰੂਰ ਚਾਹੀਦਾ। ਇਸ ਕਰਕੇ ਇਹ ਪੋਸਟਾਂ ਜਿਹੜੀਆਂ ਅਸੀਂ ਮੈਂ ਆਪਣੇ ਵੱਲੋਂ ਸਮੂਹ ਸਟਾਫ ਵੱਲੋਂ ਔਰ ਪਿੰਡ ਵਾਸੀ ਵੱਲੋਂ ਜਲਦੀ ਤੋਂ ਜਲਦੀ ਇਹ ਮੰਗ ਕਰਦੇ ਹਾਂ ਵੀ ਪੋਸਟਾਂ ਸਾਡੀਆਂ ਇਹ ਭਰ ਦਿੱਤੀਆਂ ਜਾਣ, ਸਿੱਖਿਆ ਦੇ ਖੇਤਰ ਵਿੱਚ ਹੋਰ ਜਿਹੜੀ ਨੁਹਾਰ ਬਦਲੀ ਜਾਵੇਗੀ। ਸ਼੍ਰੀ ਸੋਢੀ ਰਾਮ ਜੀ ਦਾ ਮੈਂ ਬਹੁਤ ਹੀ ਆਪਣੇ ਵੱਲੋਂ ਧੰਨਵਾਦ ਕਰਦਾ, ਜਿਹੜੇ ਸਾਨੂੰ ਸਮੇਂ ਸਮੇਂ 'ਤੇ ਆ ਕੇ ਗਾਈਡਲਾਈਨ ਵੀ ਦਿੰਦੇ ਰਹਿੰਦੇ ਹਨ ਔਰ ਜਿਹੜੇ ਸਾਨੂੰ ਜਿਹੜੀ ਆ ਇਸ ਸਕੂਲ ਨੂੰ ਜਿਹੜੀ ਆ ਉੱਪਰ ਲਿਜਾਣ ਬਾਰੇ ਵੀ ਸੋਚਦੇ ਹਨ।